असला जमायी की पी माह फरवरी की अठ तारीखियो पहला खास खास खबर पाकिस्तान ने कहा कि अका मुतह की जायजा से मॉनीटरिंग बारे रिपोर्ट पाकिस्तान के उस मौके तस्दीक करती है जो एक अरसे तो कह रहा है इतलामाशरियात न... वजीर सर शिबली फराज ने कहालिफ जमात हुत कोशिश नाकाम की पका ये वजीर आला सरदार उस्मान बुसार ने कह डेरा गाजी खान राज पहाड़ी नाल डेम बना के महफूज किया जाएगा ਹੁਣ ਤੁਸੀਂ ਪੂਰੀਆਂ ਖਬਰਾਂ ਸੁਣੋ। ਪਾਕਿਸਤਾਨ ਨੇ ਕਿਹਾ ਕਿ اقوام متحدہ ਦੀ ਜਾਇਜ਼ਤ ਤੇ ਮਾਨਿਟਰਿੰਗ ਬਾਰੇ ਰਿਪੋਰਟ ਪਾਕਿਸਤਾਨ ਦੇ ਉਸ ਮੌਕਫ ਦੀ ਤਸਦੀਕ ਕਰਦੀ ਹੈ ਜਿਹੜਾ ਉਹ ਇੱਕ ਕਰਸੇ ਤੋਂ ਕਹਿ ਰਿਹਾ ਹੈ ਕਿ ਅਫਗਾਨਿਸਤਾਨ ਵਿੱਚ ਮੌਜੂਦ ਇਹ ਦਹਿਸ਼ਤਗਰਦ ਗਰੁੱਪ ਪਾਕਿਸਤਾਨ ਤੇ ਖਿੱਤੇ ਲਈ ਮੁਸਲਸਲ ਖਤਰਾ ਨੇ। ਦਫ਼ਤਰ-ਏ-ਖਾਰਜਾਤ ਦੇ ਤਰਜਮਾਨ ਸਾਹਿਬ ਹਫੀਜ਼ ਚੌਧਰੀ ਨੇ ਮੀਡੀਆ ਸਵਾਲਾਂ ਦੇ ਜਵਾਬ ਵਿੱਚ ਦੱਸਿਆ ਹੈ ਕਿ ਪਾਕਿਸਤਾਨ ਨੇ ਦੁਨੀਆ ਨੂੰ ਦੱਸਿਆ ਹੈ ਕਿ ਗੜ ਪਰ ਪਾਹ ਨਾ ਲੀਆਂ ਖੁਫੀਆ ਏਜੰਸੀਆਂ ਤਹਿਰੀਕ-ਏ-ਤਾਲੀਬਾਨ ਪਾਕਿਸਤਾਨ ਤੇ ਉਹਦੇ ਨਾਲ ਜੁੜੇ ਗਰੁੱਪਾਂ ਦੀ ਮਦਦ ਕਰ ਰਹੀਆਂ ਨੇ। उन्होंने कहा उन्ह मदद की वजह तो जमातुल अहरार हिजबुल अहरार आपसल गई ने ते ओ पिछले साल तो अफगानिस्तान मिलकर टी टी पी भी मिल गई ने तर्जमान कहना सहरीके तलिबान पाकिस्तान वालों अफगानिस्तान के इलाके तो पाल पाकिस्तानी सिक्योरिटी फोर्स उत्ते हमलिया का मामला भी चुकया उन्होंने कहा कि ਸ਼ਰਪ ਹੈਲਾਨ ਵਾਲੀਆਂ ਏਜੰਸੀਆਂ ਮੁਲਕ ਅਫਗਾਨਿਸਤਾਨ ਵਿੱਚ ਪਾਕਿਸਤਾਨ ਦੇ ਦੁਸ਼ਮਣਾਂ ਨੂੰ ਬੇਨਕਾਬ ਕਰਨ ਦੀਆਂ ਕਵਾਮੇ ਮੁਤਹਿਦਾ ਦੀਆਂ ਕੋਸ਼ਿਸ਼ਾਂ ਨੂੰ ਮੰਨਦਾ ਹੈ। ਉਹਨਾਂ ਕਿਹਾ ਕਿ ਪਾਕਿਸਤਾਨ ਦਹਿਸ਼ਤਗਰਦੀ ਦੇ ਖਾਤਮੇ ਲਈ ਦੁਨੀਆ ਨਾਲ ਖਲੋਤਾ ਹੈ। ਇਤਲਾਮਤ ਇਨ ਇਸ਼ਤਿਆਤ ਦੇ ਵਜ਼ੀਰ ਸੈਨੇਟਰ ਸ਼ਿਬਲੀ ਫਰਾਜ਼ ਨੇ ਇੱਕ ਟਵੀਟ ਵਿੱਚ ਅਕਵਾਮੇ ਮੁਤਹਿਦਾ ਦੀ ਰਿਪੋਰਟ ਦਾ ਖੈਰ ਮਕਦਮ ਕਰਦਿਆਂ ਹੋਇਆਂ ਕਿਹਾ ਹੈ ਕਿ ਅਕਵਾਮੇ ਮੁਤਹਿਦਾ ਨੇ ਪਾਕਿਸਤਾਨੀ ਮੌਕਫ ਨੂੰ ਮੰਨ ਲਿਆ ਹੈ। उन्होंने कहा कि रिपोर्ट ने मकबूजा जम्मू करतूत नशरियातर शिवली फराज ने मुखालिफ जमातों का एका हुकूमत नही दवाले कोशिश नाकाम हो जाएगी एक इंटरव्यू कि मुखालिफ जमातों केमिंदगी लभ्या विफाकी वजीर का कहना कि पाकिस्तान तहरीके ਇਕ ਜਮਹੂਰੀ ਜਮਾਤ ਅਤੇ ਉਹ ਇੱਕ ਜਮਹੂਰੀ ਅਮਲ ਦੇ ਜ਼ਰੀਏ ਇਕਤਦਾਰ ਚਾਹੀਏ। ਉਹਨਾਂ ਕਹਿਆ ਕਿ ਸਾਡੀ ਪਾਰਟੀ ਤੋਂ ਵੱਧ ਕੋਈ ਵੀ ਜਮਾਤ ਜ਼ਿਆਦਾ ਜਮਹੂਰੀ ਨਹੀਂ ਹੈ। ਨੌਜਵਾਨਾਂ ਦੇ ਮਾਮਲੇ ਦੇ ਖੂਸੀ ਮੁਆਫੀ ਨੇ ਉਸਮਾਨ ਡਾਰਟ ਨੇ ਕਿਹਾ ਹੈ ਕਿ ਹਕੂਮਤ ਕਾਨੂੰਨ ਦੀ ਹਕਮਰਾਨੀ ਉੱਤੇ ਪੱਕਾ ਯਕੀਨ ਰੱਖਦੀ ਹੈ। ਨਿੱਜੀ ਟੀਵੀ ਚੈਨਲ ਉੱਤੇ ਗੱਲਾਂ ਕਰਦਿਆਂ ਹੋਇਆਂ ਉਹਨਾਂ ਕਹਿਆ ਕਿ ਹਕੂਮਤ ਸੈਨੇਟ ਦੇ ਇਲੈਕਸ਼ਨਾਂ ਨੂੰ ਸ਼ਫਾਫ਼ ਬਣਾਉਣਾ ਚਾਹੁੰਦੀ ਹੈ। ਉਨਾ ਕਿ ਆ ਕਿ ਆਰਡੀਨੈਂਸ ਲਿਆਉਣ ਦਾ ਮਕਸਦ ਸੈਨੇਟ ਇਲੈਕਸ਼ਨ ਸ਼ਫਾਫ ਬਣਾਣਾ ਹੈ ਤੇ ਇਹ ਕੋਈ ਗੈਰ ਆਇਨੀ ਕਾਰਵਾਈ ਨਹੀਂ ਹੈ ਸੁਪਰੀਮ ਕੋਰਟ ਦੇ ਪੰਜ ਜੱਜਾਂ ਦਾ ਲਾਰਜਰ ਬੈਂਚ ਅੱਜ ਉਸ ਸਦਾਰਤੀ ਰੈਫਰੈਂਸ ਤੇ ਫਿਰ ਸਮਾਤ ਕਰੇਗਾ ਜਿਦੇ ਜ ਸੈਨੇਟ ਇਲੈਕਸ਼ਨ ਓਪਨ ਬੈਲਟ ਦੇ ਜ਼ਰੀਏ ਕਰਾਨ ਲਈ ਅਦਾਲਤ ਤੋਂ ਰਾਏ ਮੰਗੀ ਗਈ ਹੈ ਚੀਫ ਜਸਟਿਸ ਪਾਕਿਸਤਾਨ ਗੁਲਜ਼ਾਰ ਅਹਿਮਦ ਬੈਂਚ ਦੀ ਸਰਭराई ਕਰਨਗੇ ਇਹ ਖਬਰ ਤੁਸੀਂ ਰੇਡੀਓ ਪਾਕਿਸਤਾਨ ਤੋਂ ਸੁਣ ਰਹੇ ਹੋ وزیراعظم ਇਮਰਾਨ ਖਾਨ ਤੇ ਛੋਟੇ ਕਰਾਂ ਲਈ ਕਰਜ਼ੇ ਦੇਣ ਦੇ ਪ੍ਰੋਗਰਾਮ ਦੇ ਤਹਿਤ ਕੋਈ 7572 ਕਰਾਂ ਲਈ 3 ਅਰਬ ਰੁਪਏ ਦਿੱਤੇ ਗਏ ਨੇ ਹਕੂਮਤੇ ਕਮ ਉਹੁਵਤ ਤਨਜ਼ੀਮ ਤੋਂ ਕਰਾ ਰਹੀ ਹੈ ਜਿਹੜੀ ਪਹਿਲਾਂ ਹੀ ਸੂਤ ਤੋਂ ਪਾਕ ਕਰਸਤੇਨ ਦਾ ਇੱਕ ਵੱਡਾ ਨੈਟਵਰਕ ਚਲਾ ਰਹੀ ਹੈ ਵਜ਼ੀਰ ਆਜ਼ਮ ਦੇ ਪ੍ਰੋਗਰਾਮ ਦੇ ਤਹਿਤ ਕਟਾਮਦਿਨੀ ਵਾਲੇ ਲੋਕਾਂ ਨੂੰ ਆਪਣਾ ਕਾਰ ਬਣਾਉਣ ਵਾਸਤੇ ਹਕੂਮਤ ਨੇ 5 ਅਰਬ ਰੁਪਏ ਰੱਖੇ ਨੇ ਪੈਸੇ ਵਸੂਲ ਕਰਨ ਦੀ ਸ਼ਰਤ 100% ਦੇ ਤੇ ਵਾਪਸ ਮਿਲਣ ਵਾਲੇ ਦੂਜੇ ਦਰਖਾਸਤਾਂ ਦੇਣ ਵਾਲਿਆਂ ਨੂੰ ਇਹ ਪੈਸਾ ਦਿੱਤਾ ਜਾ ਰਿਹਾ ਹੈ ਡਰਗ ਰੈਗੂਲੇਟਰੀ ਅਥਾਰਟੀ ਨੇ ਸੇਦੀ ਆਲਮੀ ਤਨਜ਼ੀਮ ਨਾਲ ਰਲ ਕੇ ਕੋਰੋਨਾ ਵੈਕਸੀਨ ਦੇ ਪੈੜੇ ਅਸਰ ਲਈ ਰਿਪੋਰਟ ਕਰਨ ਬਾਰੇ ਇੱਕ ਦਿਨ ਦੀ ਤਰਬੀਅਤ ਦਵੇਗੀ ਤਰਬੀਅਤ ਤੋਂ ਮੁਤਲਕਾ ਨਮਾਇਨੇ ਦੀ ਸਲਾਗਤ ਆਵਧਾਨਿਛ ਮਦਦ ਮਿਲੇਗੀ ਸੇਦ ਦੇ ਆਲਮੀ ادارے ਰੈਗੂਲੇਟਰੀ ਅਥਾਰਟੀ ਨੇ ਸਫਾਰਿਸ਼ ਕੀਤੀ ਸੀ ਕਿ ਮੁਤਲਕਾ ਕੰਪਨੀ ਵੈਕਸੀਨ ਲਾਨ ਦੇ ਬਾਅਦ ਮੁਤਲਕਾ ਬੰਦੇ ਉਤੇ ਉਹਦੇ ਪੈੜੇ ਅਸਰ ਹੋਣ ਬਾਰੇ ਰਿਪੋਰਟ ਦਸਨ ਦੀ پابੰਦੀ ਮੈਕਸੀਨ ਲਾਨ ਦੇ 582 ਸੈਂਟਰ ਕਿਸੇ ਵੀ ਬੁਰੇ ਅਸਰ ਬਾਰੇ ਡਿਸਟ੍ਰਿਕਟ ਹੈਲਥ ਆਫਿਸ ਨੂੰ ਰਿਪੋਰਟ ਦੇਣਗੇ ਜਿਹੜੀ ਜ਼ਿੰਮੇਦਾਰ ਬੰਦਿਆਂ ਤੱਕ ਪਹੁੰਚਾਈ ਜਾਏਗੀ। ਪੰਜਾਬ ਦੇ ਵਜ਼ੀਰ ਆਲਾ ਸਰਦਾਰ ਉਸਮਾਨ ਬੁਸਦਾਰ ਨੇ ਕਿਹਾ ਹੈ ਕਿ ਡੇਰਾ ਗਾਜ਼ੀ ਖਾਨ ਤੇ ਰਾਜਨਪੁਰ ਦੇ 13 ਪਹਾੜੀ ਨਾਲਿਆਂ ਦਾ ਪਾਣੀ ਡੈਮ ਬਣਾ ਕੇ ਮਹਿਫੂਜ਼ ਕੀਤਾ ਜਾਏਗਾ। ਉਹ ਡੇਰਾ ਗਾਜ਼ੀ ਖਾਨ ਦੇ ਇਲਾਕੇ ਸਖੀ ਸਰਵਰ ਵਿੱਚ ਲੋਕਾਂ ਦੇ ਇੱਕ ਇਕੱਠ ਨਾਲ ਗੱਲਾਂ ਕਰ ਰਹੇ ਸਨ। ਉਹਨਾਂ ਕਿਹਾ ਕਿ 1 ਅਰਬ 20 ਕਰੋੜ ਰੁਪਏ ਹੈ। ਇਸ ਮਕਸਦ ਲਈ ਛੋਟੇ ਢੇਮਾਨੂ ਬਣਾਉਣ ਉਤੇ ਖਰਚ ਕੀਤੇ ਜਾਣਗੇ ਵਜ਼ੀਰ ਆਲਾ ਨੇ ਕਿਹਾ ਕਿ ਇੱਕ ਡੈਮ ਇਸ ਸਾਲ ਜੂਨ ਤੱਕ ਬਣ ਜਾਏਗਾ ਤੇ ਪਹਿਲੇ ਮਰਹਲੇ ਚ 4 ਡੈਮ ਬਣਾਏ ਜਾਣਗੇ ਪੰਜਾਬ ਦੇ ਗਵਰਨਰ ਚੌਧਰੀ ਮੁਹੰਮਦ ਸਰਵਰ ਨੇ ਕਿਹਾ ਕਿ ਪਾਕਿਸਤਾਨ ਤਰੱਕੀ ਕਰ ਰਿਹਾ ਹੈ ਤੇ ਹਿਸਬੇ ਇਖਤਲਾਫ ਦਾ ਕੱਟ ਲੌਂਗ ਮਾਰਚ ਜੀ ਵੀ ਕਬਰਾਇਆ ਰਹੇਗਾ ਕਿਉਂਕਿ ਉਹ ਅਸਤੀਫੇ ਦੇਣੇ ناکਾਮ ਰਹੇ ਨੇ ਇਕ ਬਿਆਨ ਵਿੱਚ ਉਹਨਾਂ ਕਿਹਾ ਕਿ ਜਮਹੂਰੀ ਹਕੂਮਤ ਆਪਣੀ ਮਿddਤ ਪੂਰੀ ਕਰੇਗੀ ਤੇ اپੋਜੀਸ਼ਨ ਨੂੰ 2023 ਤੱਕ ਇੰਤਜ਼ਾਰ ਕਰਨਾ ਹੋਵੇਗਾ। ਪੰਜਾਬ ਦੇ ਵਜ਼ੀਰ ਆਲਾ ਸਰਦਾਰ ਉਸਮਾਨ ਬੁਸਦਾਰ ਨੇ ਡੇਰਾ ਗਾਜ਼ੀ ਖਾਨ ਦੀ ਇੰਤਜ਼ਾਮੀਆਂ ਨੂੰ ਸਰਦਾਰ ਫਤਿਹ ਮੁਹੰਮਦ ਖਾਨ ਬੁਸਦਾਨ ਇੰਸਟੀਚਿਊਟ ਆਫ ਕਾਰਡੀਆਲੋਜੀ ਦੇ ਕੰਮ ਛੇਤੀ ਮੁਕੰਮਲ ਕਰਨ ਲਈ ਕਿਹਾ ਹੈ। ਡੇਰਾ ਗਾਜ਼ੀ ਖਾਨ ਇਸ ਪ੍ਰੋਜੈਕਟ ਦੇ ਮੁਆਇਨੇ ਦੇ ਦੌਰਾਨ ਉਹਨਾਂ ਕਿਹਾ ਕਿ ਹਸਪਤਾਲ ਬਣਨ ਨਾਲ ਬਲੂਚਿਸਤਾਨ ਤੇ ਸਿੰਧ ਦੇ ਮਰੀਜ਼ਾਂ ਨੂੰ ਸਹੂਲਤ ਮਿਲੇਗੀ। ਉਨੇ ਕਿਹਾ ਕਿ ਜਦੀਤ ਤਰੀਨ ਹਸਪਤਾਲ ਬਣੇਗਾ ਤੇ ਇਹਦੇ ਚ ਇਲਾਜ ਦੀਆਂ ਸਾਰੀਆਂ ਜਦੀਤ ਸਹੂਲਤਾਂ ਮਿਲਣਗੀਆਂ ਇਸ ਮੌਕੇ ਤੇ ਮਨਸੂਬੇ ਦੇ ਡਾਇਰੈਕਟਰ ਨੇ ਵਜ਼ੀਰ ਆਲਾ ਨੂੰ ਜਾਰੀ ਕੰਮ ਬਾਰੇ ਦੱਸਿਆ 라ਵਲਪਿੰਡੀ ਟੈਸਟ ਦੇ 5ਵੇਂ ਤੇ ਆਖਰੀ ਦਿਨ ਸਾਊਥ ਅਫਰੀਕਾ ਪਾਕਿਸਤਾਨ ਦੇ ਖਿਲਾਫ ਆਪਣੀ ਦੂਜੀ ਵਾਰੀ ਦੁਬਾਰਾ ਸ਼ੁਰੂ ਕਰੇਗਾ ਕੱਲ ਮੈਚ ਦਾ ਵਿਲਾ ਮੁਕੰਨ ਤੱਕ ਉਹਨੇ 127 ਰਨ ਬਣਾਏ ਸਨ ਤੇ ਉਹਦਾ ਇੱਕ ਖਿਡਾਰੀ ਆਊਟ ਹੋਇਆ ਸੀ ਸਾਊਥ ਅਫਰੀਕਾ ਨੇ ਮੈਚ ਜਿੱਤਣ ਲਈ ਅਜੇ ਹੋਰ 243 ਰਨਸ ਬਣਾਉਣੇ ਨੇ ਜਦਕਿ ਪਾਕਿਸਤਾਨ ਨੂੰ ਦੋ ਮੈਚਾਂ ਦੀ ਸੀਰੀਜ਼ ਜਿੱਤਣ ਲਈ 9 ਵਿਕਟਾਂ ਦੀ ਜ਼ਰੂਰਤ ਹੈ ਐਸਵੇਂ ਲੇ ਤੱਕ ਦੀਆਂ ਖਬਰਾਂ ਮੁੱਕ ਗਈਆਂ ਹੋਰ ਖਬਰਾਂ ਦੇ ਤਬਸਤੰ ਲਈ ਸਾਡੀ ਵੈਬਸਾਈਟ radio.gov.pk ਤੇ ਐਸਵੇਂ ਦਾ ਤੁਸੀਂ ਸਾਡਾ ਬੁਲੇਟਨ ਰੇਡੀਓ ਪਾਕਿਸਤਾਨ ਦੇ ਫੇਸਬੁੱਕ ਪੇਜ radio pakistan punjabi ਉੱਤੇ ਬਰਾਹਰਾਸ ਵੇਖ ਤੇ ਸੁਣ ਸਕਦੇ ਹੋ